ਅੱਜ ਸਵੇਰੇ ਸਵੇਰੇ ਰਾਤ ਦਾ ਮੀਂਹ ਪੈਣ ਡਿਆ। ਸਵੇਰੇ ਸਵੇਰੇ ਅੱਜ ਸ਼ੁਰੂ ਹੋਏ ਆ, ਜਦੋਂ ਖਾਦ ਲੱਦ ਕੇ ਡੱਕੀ ਸੀ ਵੀ ਸਵੇਰੇ 6 ਵਜੇ ਲੱਗਾਂਗੇ। ਜੋਬਨ ਉਹ ਵੱਡਾ ਜਨਰੇਟਰ ਢੱਕਿਆ ਨਹੀਂ, ਟਰੈਕਟਰ ਵਾਲਾ ਜਨਰੇਟਰ ਮਾੜਾ ਪਾ ਦੀ ਭੱਲੀ। ਬਾਕੀ ਜਨਰੇਟਰ ਢੱਕ ਤੇ ਸੀ, ਇੱਕ ਟਰੈਕਟਰ ਵਾਲਾ ਜਨਰੇਟਰ ਰਹਿ ਗਿਆ ਆਪਣਾ ਢੱਕਣ ਵਾਲਾ, ਬਾਕੀ ਬੰਦੇ ਸਾਰੇ ਗੇੜਾ ਮਾਰਨ ਗਏ ਆ। ਅਤੇ ਜੋਬਨ ਆਪਣਾ ਅੱਜ ਲਾਂਗੜੀ ਬਣਾਇਆ, ਵੇਖੋ ਰਸੋਈ ਦੀ ਕਰਕੇ ਸਫਾਈ ਸਫੂਈ, ਹੁਣ ਆਟਾ ਗੁੰਨਣ ਲੱਗੇ ਉਹਨੇ ਰੋਟੀਆਂ ਰਾਟੀਆਂ। ਬੰਦ ਹੋਣਾ, ਬੰਦੇ ਮਾਰਨ ਡਿਆ ਗੇੜਾ ਆਵੇ ਮਾਣਿਆਂ ਨੀ, ਵੱਟਾਂ ਵੁੱਟਾਂ ਬੰਨਣ ਘੱਲੇ ਮੈਂ ਮੀਂਹ ਪਿਆ ਰਾਤ ਦਾ, ਇੱਕ ਫਿਰਦਾ ਆਵੇ ਸੁਨੀਲ ਫਿਰਦਾ ਨਾਲ, ਉਹਨੇ ਕੁੱਤਾ ਖੜਿਆ, ਘੇਰੇ ਘੇਰੇ ਸਾਰੇ ਮਾਰਨਗੇ ਗੇੜਾ, ਫਿਰ ਕਰਾਂ ਗੱਲ। ਹੁਣ ਅਸੀਂ ਅੱਜ ਰੋਟੀਆਂ ਲਾਉਣ ਡਏ, ਵੇਖ ਲਓ ਸਰੋਂ ਦੇ ਤੇਲ ਨਾਲ ਚੋਪੜ ਕੇ ਤਲ ਕੇ, ਅੱਜ ਜਿਹੜਾ ਲਾਂਗੜੀ ਥੋੜ੍ਹਾ ਜਿਹਾ ਹਲਕਾ ਵਾ, ਉਹ ਕਹਿੰਦਾ ਅੱਜ ਮੈਂ ਨਹੀਂ ਤਾਂ ਆਲੂ ਵਾਲੀਆਂ ਲਾਉਣੀ, ਆਲੂ ਵਾਲੀਆਂ ਨਹੀਂ ਨਾ ਲਾਉਂਦਾ ਇਹ, ਸਰੋਂ ਦੇ ਤੇਲ ਨਾਲ ਚੋਪੜ ਕੇ ਉਤਰਾ ਰੋਟੀ ਗੋਲ ਲਾਉਂਦਾ ਜੀ, ਹੈ ਨਾ। ਆਟਾ ਉਤਰਾਂ ਏਦਾਂ ਕਰੋ ਵਿੱਚ, ਹਾਂ ਦੂਜੇ ਬੰਨੋ ਕਰ ਆਪਾਂ ਰੋਟੀ ਲਾਈਏ, 10 ਬੰਦੇ ਨੇ ਖਾਣੀ, ਆਪਾਂ 2 ਹਜ਼ਾਰ ਪਹਿਲੀ ਰੋਟੀ ਜ਼ਿੰਦਗੀ ਦੀ ਅੱਜ ਲਾਈ ਆ, ਉਹ ਬਹੁਤ ਵਧੀਆ ਲੱਗਦੀ ਆ। ਗੋਲ ਮੈਂ ਝਗੜੇ ਘਰ ਨਹੀਂ ਬਾਬਿਆਂ ਚੰਦੀਆਂ ਵਾਲੀ ਲਾਈ ਫੜਾ ਵੱਡਾ, ਇੱਕ ਮੁੜ ਕੇ ਕਰਨੀ ਨਾ ਪੀੜਾ ਪੀੜਾ। ਤੇ ਜੇ ਸਿੱਖਣੀਆਂ ਪੈਣੀਆਂ ਚਾਚਾ, ਜੇ ਬਾਹਰਲੇ ਦੇਸ਼ਾਂ ਜਾਣਾ ਦੇ ਪੀੜਾ ਜ਼ਿਆਦਾ ਤਕੜਾ ਹੋ ਗਿਆ। ਚੁੱਕ ਫੋਨ ਜੋੜਾ, ਜਹਾਜ਼ ਲਾ ਦੇ ਦਾ ਮੁੰਡਾ, ਇਹ ਚਿੜੀ ਬਣ ਗਈ ਹੋਈ।
ਜਿਸ ਤਰ੍ਹਾਂ ਕਾਮ ਕਹਿੰਦੇ ਨਾ ਉਸ ਕੋਈ ਸਾਜੇ ਭਰਾਵਾ ਤੂੰ ਵੇਹਲੀ ਸੀ ਵੇਹਲੇ ਬੜਾ ਰੋਟੀਆਂ ਰੋਟੀਆਂ ਲਾਉਣੀਆਂ ਨੇ ਲੈ ਜੀ ਆ ਦੂਜੀ ਰੋਟੀ ਥੋੜੀ ਜਿਹੀ ਨਿਕਲ ਗਈ ਆਪਣੀ ਜਿਸ ਤਰ੍ਹਾਂ ਛੋਟੇ ਨੇ ਚਿੜੀ ਨੀ ਖਾਂਦੇ ਨੇ ਉਹ ਚੀਜ਼ ਬਣ ਗਈ ਆ ਲੱਗ ਗਈ ਧੁੱਪ ਰਾਤ ਦਾ ਮੀਂਹ ਪੈਣ ਡਿਆ ਸੀ ਬੰਦੇ ਰੋਟੀਆਂ ਰਾਟੀਆਂ ਖਾ ਕੇ ਚਲੇ ਗਏ ਆ ਹੁਣ ਵੇਹਨੇ ਆ ਜੇ ਲੱਗੀ ਧੁੱਪ ਤਾਂ ਕਰਦੇ ਖਾਦ ਦਾ ਕੰਮ ਸ਼ੁਰੂ ਪਰ ਅਜੇ ਮਾਝੇ ਵਾਲੀ ਸਾਈਡ ਥੋੜ੍ਹਾ ਬੱਦਲ ਲੱਗਾ ਵਾ ਆ ਸਕਦਾ ਮੀਂਹ ਆਹ ਵੇਖੋ ਜੀ ਕਿੱਡਾ ਸੋਹਣਾ ਮੌਸਮ ਅਮਰੂਦ ਵੀ ਲੱਗਣ ਡੇ ਪਏ ਜਾਮਣ ਵੀ ਹੋ ਗਏ ਤਿਆਰ ਹੈਲੋ ਅੱਜ ਹੀ ਮੀਂਹ ਪਿਆ ਅਤੇ ਕਿੱਡੇ ਸੋਹਣੇ ਜਾਮਣੂ ਲੈਣ ਡੇ ਪਏ ਅੱਜ ਜਾਮਣੂ ਵਾਲਾ ਸੀਜ਼ਨ ਸ਼ੁਰੂ ਹੋਣੇ ਪੂਰਾ ਮਹੀਨਾ ਚੱਲਣਗੇ ਆਇਓ ਜਿੰਨੇ ਮੇਰੇ ਵੀਰ ਨੇ ਛਕਣਾ ਹੁਣ ਜੋ ਆਪਣੇ ਮੈਗਨੀਸ਼ੀਅਮ ਦੀ ਘਾੜ ਜਿਹੜੀਆਂ ਚੀਜ਼ਾਂ ਕਹਿੰਦੇ ਇਹਦੇ 'ਚ ਬਹੁਤ ਤੱਤ ਹੁੰਦੇ ਆ ਸਾਰੇ ਪੂਰੇ ਕਰੂਗਾ ਸਾਰੇ ਮੇਰੇ ਵੀਰ ਖਾਓ ਛਕੋ ਜਾਮਣੂ ਬਾਰਿਸ਼ ਤੋਂ ਬਾਅਦ ਹੁਣ ਅਸੀਂ ਅੱਜ ਮੌਸਮ ਵੀ ਵਧੀਆ ਵਾ ਅਤੇ ਚੱਲ ਪਏ ਖਾਦ ਪਾਉਣ ਫੰਨ ਵੀ ਉੱਚਾ ਬੜਾ ਪੂਰਾ ਪੂਰਾ ਰਾਹ ਬੰਨ ਤੇ ਪੂਰੇ ਰੁੱਖ ਆ ਬਬੂਜ਼ਰ ਲੱਗੇ ਆ ਧਰੇਕਾਂ ਲੱਗੀਆਂ ਬਹੁਤ ਛਾਂ ਹੈ ਬੰਨ ਤੇ ਇੱਧਰ ਬੰਨੇ ਆ ਗਿਆ ਬਿਆਸ ਦਰਿਆ ਇੱਧਰ ਆਪਣਾ ਝੋਨਾ ਹੁਣ ਡੈ ਪਏ ਅੱਜ ਫੇਰ ਰਲਾਉਣ ਖਾਦ ਅਤੇ ਬੰਦੇ ਰੈਡੀ ਹੋ ਗਏ ਆ ਮੌਸਮ ਬਹੁਤ ਵਧੀਆ ਠੰਡਾ ਠਾਰ ਤੁਹਾਡਾ ਜਿਹੜਾ ਦੂਜਾ ਮੇਨ ਠੇਕੇਦਾਰ ਸੁਨੀਲ ਵਾ ਸੁਨੀਲ ਆ ਨਾ ਠੇਕੇਦਾਰ ਜਿਹੜਾ ਤੁਹਾਨੂੰ ਸੰਬੋਧਨ ਕਰਦਾ ਵਾ ਤੇ ਜੇ ਹਿਸਾਬ ਨਾਲ ਕੱਲ ਪਾਉਣ ਡੇ ਫਿਰ ਇਸ ਹਿਸਾਬ ਨਾਲ ਝੱਲੀਆਂ ਇਹਨੇ ਜਿਮੀਦਾਰ ਨੂੰ ਮਾਰਨਾ ਤੁਹਾਨੂੰ ਚੁਕਾਉਣੀਆਂ ਝੱਲੀਆਂ ਨੇ ਝੋਨੇ ਨੂੰ ਪਾਈ ਜਾਣ ਡਿਆ ਖਾਦ ਤਾਂ ਕਰਕੇ ਟੱਕਰੇ ਜਾਣੇ ਮਹਾਰਾਜ
ਜ਼ਿਆਦਾ ਨਾ ਪਵੇ, ਚਲੋ ਥੋੜ੍ਹਾ ਥੋੜ੍ਹਾ ਪਾਈ ਵੀ ਜਾਵੇ ਕੋਈ ਗੱਲ ਨਹੀਂ, ਵੱਡਾ ਅੱਕ ਥੋੜ੍ਹਾ ਸਕਦੇ। ਝੜੀ ਲੱਗੀ, ਮੈਂ ਪੋਪਲੇ ਕੱਢੇ ਸ਼ਾਹ ਦੇ ਨਾਲ ਪੋਪਲੇ, ਭਾਈ ਸਤਨਾਮ ਸਿੰਘ ਆਏ ਆ ਦੇ ਨਾਲ ਭਾਈ ਅਰਸ਼ ਸਿੰਘ, ਅਰਸ਼ ਸਿੰਘ ਚੂਸਲੇ ਵੜੀ ਆ ਬਾਈ, ਅੱਧੀ ਕੁ ਟੋਕਰੀ ਅਰਸ਼ ਨੇ ਖਾਧੀ ਆ, ਅੱਧੀ ਕੁ ਐਸਓਡੀ ਦੇ ਪ੍ਰਧਾਨ ਨੇ ਖਾਧੀ ਆ, ਯੂਥ ਆਫ ਅਕਾਲੀ ਦਲ ਨੇ ਆਇਓ ਜਿਹਨੇ ਛਕਣੇ ਤੇ ਬਣ ਗਿਆ ਬੁੱਝਾ ਜਿਹਾ, ਖਾਦ ਘੱਟ ਕੇਰਦੀ ਸੀ, ਹੁਣ ਸਾਡਾ ਗੋਰਾ ਭਾਜੀ ਇਹਨੂੰ ਕਰ ਲੱਗਾ ਸਾਫ ਜੀ ਖਾਦ, ਉਹਨੂੰ ਲੱਗਦਾ ਟਾਈਮ ਥੋੜ੍ਹਾ ਜਿਹਾ, ਹੋਰ ਵੀਰ ਜੀ ਮੈਂ ਅੱਜ ਸ਼ਾਮਾਂ ਨੂੰ ਇਸ ਕਰਕੇ ਬਣਾਉਣ ਲੱਗਾ, ਉਹ ਕਿ ਇੱਕ ਵੀਰ ਨੇ ਨਾ ਫੇਸਬੁੱਕ 'ਤੇ ਵੀਡੀਓ ਪਾਈ ਸੀ ਵੀ ਮੈਂ ਟਰਾਲੀ ਨਾਲ ਲਿਤੜ ਕੇ ਪਹਿਲਾਂ ਸਾਰਾ ਵਾਹਣ ਅਤੇ ਫਿਰ ਝੋਨਾ ਲਾਉਣਾ, ਬਹੁਤ ਵਧੀਆ ਜੀਰੀ ਨਿਕਲਦੀ ਹੈ, ਤੁਸੀਂ ਆਪ ਵੀ ਸਿਆਣੇ ਆ ਵੀ ਟਰਾਲੀ ਦੀ ਤਾਂ ਇੱਕ ਲੀਹ ਪਈ ਹੋਵੇ ਖੱਤੇ ਦੇ ਵਿੱਚ ਅਤੇ ਉੱਥੇ ਝੋਨਾ ਨਹੀਂ ਤੁਰਦਾ, ਅਤੇ ਉਹ ਬਾਈ ਮਿੱਟੀ ਦੀ ਟਰਾਲੀ ਲੱਦ ਕੇ ਅਤੇ ਨਾਲ ਦੂਜਾ ਮਰਾ ਕਹਿੰਦਾ ਵੀ ਝੋਨੇ ਦੀ ਗਰੋਥ ਵੇਖੋ, ਝੋਨਾ ਤਾਂ ਸੜਿਆ ਜਿਹਾ ਪਿਆ ਹੈ, ਇਸ ਕਰਕੇ ਇਹਨਾਂ ਇਹੋ ਜਿਹੇ ਵੀਰਾਂ ਦੇ ਮਗਰ ਨਾ ਲੱਗਿਆ ਕਰੋ, ਅਤੇ ਹੁਣ ਆਪਾਂ ਨੂੰ ਪਤਾ ਹੀ ਆ ਵੀ ਜਿੱਥੇ ਟਰਾਲੀ ਲੰਘ ਜਾਂਦੀ ਇੱਕ ਵਾਰ ਉੱਥੇ ਜਿਹੜੀ ਆ ਝੋਨੇ ਦੀ ਜਾਂ ਕਣਕ ਦੀ ਕਿਸੇ ਚੀਜ਼ ਦੀ ਜਿਹੜੀ ਆ ਗਰੋਥ ਸਹੀ ਨਹੀਂ ਹੁੰਦੀ, ਇਹੋ ਜਿਹੇ ਬੰਦੇ ਜਿਹੜੇ ਆ ਇਹ ਗਲਤ ਗੱਲ ਵਾ ਵੀ ਜੋ ਜੇ ਆਪਾਂ ਕਿਸੇ ਦਾ ਕਿਸੇ ਨੂੰ ਚੰਗੀ ਸਲਾਹ ਨਹੀਂ ਦੇ ਸਕਦੇ ਤਾਂ ਫਿਰ ਆਪਾਂ ਕਿਸੇ ਨੂੰ ਮਾੜੀ ਸਲਾਹ ਵੀ ਕਾਹਤੋਂ ਦੇਣੀ, ਇਸ ਕਰਕੇ ਮੇਰੇ ਵੀਰ ਇਹੋ ਜਿਹੇ ਲੋਕਾਂ ਦੇ ਮਗਰ ਨਾ ਲੱਗਿਆ ਕਰੋ, ਅਤੇ ਹੁਣ ਅੱਜ ਆਪਾਂ ਜੋ ਸਾਰੀ ਦਿਹਾੜੀ ਕੰਮ ਕੀਤਾ ਡੇਲੀ ਰੂਟੀਨ ਉਹ ਨਿਬੇੜ ਕੇ ਹੁਣ ਆਪਾਂ ਨਹਾ ਧੋ ਕੇ ਇੱਕ ਵਾਰ ਧੁੱਫੇ ਪਾਣੀ ਛਕਦੇ ਹਾਂ, ਫਿਰ ਤੁਹਾਡੇ ਨੂੰ ਸਵੇਰੇ ਫਿਰ ਮਿਲਾਂਗੇ, ਧੰਨਵਾਦ ਜੀ ਵੀਰ ਜੀ ਚੜ੍ਹਦੇ ਕਲਾ, ਅਤੇ ਬਲੌਗਾਂ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਅਤੇ ਸਬਸਕ੍ਰਾਈਬ ਵੀ ਕਰੋ ਅਤੇ ਲਾਈਕ ਵੀ ਕਰਿਆ ਕਰੋ।